आचर जे आचर जंद खाया आचर
ਚਾਰੇ ਪੈਰ ਧਰਨ ਦੇ ਚਾਰ ਵਰਨ ਇੱਕ ਵਰਨ ਕਰਾਇਆ ਵਾਹਿਗੁਰੂ ਦਾਸ ਜੀ ਬਖਸ਼ਿਸ਼ ਕਰਨ ਲੱਗੇ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਸ ਦੇ ਵਿੱਚ ਨਿਰਮਲ ਕੀ ਹੈ ਇਸ ਦੇ ਵਿੱਚ ਵਿਲੱਖਣ ਕੀ ਹੈ ਪਹਿਲੀ ਵਾਰ ਜਿਹਨੂੰ ਆਪਾਂ ਸੁਣਿਆ ਹੈ ਗਾ ਗਿਆ ਹੈ ਕਿ ਚਾਰੇ ਪੈਰ ਧਰਨ ਦੇ ਚਾਰ ਵਰਨ ਇੱਕ ਵਰਨ ਕਰਾਇਆ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਸ ਸੰਸਾਰ 'ਤੇ ਆਏ ਤਾਂ ਸੰਸਾਰ ਦੇ ਵਿੱਚ ਬੜੇ ਵਹਿਮ ਭੁਲੇਖੇ ਅਤੇ ਵਰਨ ਵਰਨ ਦੇ ਕਰਕੇ ਵਿਤਕਰੇ ਸਨ ਧੰਨ ਸਤਿਗੁਰੂ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤ ਕਰਾਇਆ ਇੱਕ ਦਾ ਸਭ ਨੂੰ ਇੱਕ ਦੇ ਨਾਲ ਜੋੜਿਆ ਸੰਸਾਰ ਦੇ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਸਭ ਜੀਵ ਉਸ ਰੱਬ ਦੇ ਬਣਾਏ ਹੋਏ ਹਨ ਸਭ ਦਾ ਸਰੀਰ ਉਹਨਾਂ ਹੀ ਪੰਜਾਂ ਤੱਤਾਂ ਦਾ ਬਣਿਆ ਹੈ ਕਿਸੇ ਦੇ ਵਿੱਚ ਕੋਈ ਵੱਧ ਨਹੀਂ ਘੱਟ ਨਹੀਂ ਸਭ ਇੱਕ ਸਮਾਨ ਉਸ ਰੱਬ ਦੀ ਸੰਤਾਨ ਹਨ ਅਤੇ ਸਤਿਗੁਰੂ ਜੀ ਨੇ ਨਿਰਮਲ ਪੰਥ ਚਲਾਇਆ ਹੁਣ ਅਸੀਂ ਇਹ ਗੱਲ ਆਪਣੇ ਉੱਤੇ ਲਿਆਂਗੇ ਸਤਿਗੁਰੂ ਜੀ ਦੇ ਸਿੱਖ ਜੇ ਸਤਿਗੁਰੂ ਜੀ ਦੇ ਸਿੱਖ ਦੇ ਵਿੱਚ ਹਜੇ ਵੀ ਕਿਸੇ ਦੇ ਪ੍ਰਤੀ ਵਿਤਕਰਾ ਹੈ ਇਹ ਭਾਵ ਹੈ ਕਿ ਕੋਈ ਨੀਵਾਂ ਹੈ ਕੋਈ ਉੱਚਾ ਹੈ ਜਦੋਂ ਵੀ ਅਸੀਂ ਸਤਿਗੁਰੂ ਜੀ ਦੀ ਬਾਣੀ ਨੂੰ ਸੁਣਦੇ ਹਾਂ ਗੁਰੂ ਜੀ ਦੇ ਦੀਵਾਨਾਂ ਵਿੱਚ ਅਤੇ ਸਤਿਗੁਰੂ ਜੀ ਦੀ ਬਾਣੀ ਨੂੰ ਸੁਣਦਿਆਂ ਆਪਣੇ ਜੀਵਨ ਵਿੱਚ ਪਰਤੋਲ ਕਰਨੀ ਚਾਹੀਦੀ ਤਾਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਗੁਰਦਾਸ ਜੀ ਕਿ ਰਾਣਾ ਰੰਕ ਬਰਾਦਰੀ ਰਾਣਾ ਰੰਕ ਦਾ ਭਾਵ ਹੈ ਕਿ ਰਾਜਾ ਅਤੇ ਰੰਕ ਗਰੀਬ ਧੰਨ ਸਤਿਗੁਰੂ ਜੀ ਨੇ ਸਭ ਨੂੰ ਇੱਕ ਕਰਕੇ ਜਾਣਿਆ ਫਰਕ ਨਹੀਂ ਕੀਤਾ ਕੋਈ ਗਰੀਬ ਹੈ ਕੋਈ ਅਮੀਰ ਹੈ ਅਤੇ ਇਹ ਉਪਦੇਸ਼ ਸਾਨੂੰ ਵੀ ਸਤਿਗੁਰੂ ਜੀ ਨੇ ਦ੍ਰਿੜ ਕਰਾਇਆ ਹੈ ਅਤੇ ਜੇ ਅਸੀਂ ਇਹ ਵਿਤਕਰਾ ਰੱਖਦੇ ਹਾਂ ਇਹ ਭਾਵ ਆਪਣੇ ਮਨਾਂ 'ਚ ਰੱਖਦੇ ਹਾਂ ਅਤੇ ਉਸ ਨਿਰਮਲ ਪੰਥ ਤੋਂ ਕੋਸਾਂ ਦੂਰ ਸਤਿਗੁਰੂ ਜੀ ਸਾਡੇ ਸਭ 'ਤੇ ਕਿਰਪਾ ਕਰਨ ਜਦੋਂ ਵੀ ਅਸੀਂ ਸਤਿਗੁਰੂ ਜੀ ਦੇ ਪੁਰਬ ਮਨਾਈਏ ਸਤਿਗੁਰੂ ਜੀ ਦਾ ਜੋ ਪਾਵਨ ਉਪਦੇਸ਼ ਹੈ ਉਸਨੂੰ ਆਪਣੇ ਜੀਵਨ 'ਚ ਕਮਾਉਣ ਦਾ ਯਤਨ ਕਰੀਏ ਤਾਂ ਸਤਿਗੁਰੂ ਜੀ ਨੇ ਜਿਵੇਂ ਆਪ ਜੀ ਨੂੰ ਸ਼ੁਰੂ ਵਿੱਚ ਵਿਦਵਾਨ ਸੱਜਣ ਜੀ ਨੇ ਦੱਸਿਆ ਕਿ ਸਤਿਗੁਰੂ ਜੀ ਨੇ ਯਾਤਰਾ ਕੀਤੀ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਹਨ ਵਾਰ ਦੇ ਜਦੋਂ ਸਤਿਗੁਰੂ ਜੀ ਮੱਕੇ ਦੀ ਧਰਤੀ 'ਤੇ ਪਹੁੰਚੇ ਹਨ ਆਓ ਆਪਣੇ ਮਨ ਨੂੰ ਜੋੜਨਾ ਕਰੋ ਗੁਰੂ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜੋ ਨੀਲ ਵਸਤਰ ਧਾਰੇ ਬਨਵਾਰੀ ਨੀਲ ਵਸਤਰ ਧਾਰੇ ਬਨਵਾਰੀ ਬਾਬਾ ਫਿਰ ਮੱਕੇ ਗਿਆ ਬਾਬਾ ਫਿਰ ਮੱਕੇ ਗਿਆ ਬਾਬਾ ਫਿਰ ਮੱਕੇ ਗਿਆ ਬਾਬਾ ਫਿਰ ਮੱਕੇ ਗਿਆ ਬਾਬਾ ਫਿਰ
بابا بالمكة جاء.
جاهج پیر جگت گر بابا 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 جاهد 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 پیر اشتركوا